ਜਦੋਂ ਮੈਂ ਜਿਮ ਸਾਈਡ ਤੇ ਮੇਰੀ ਵਰਗੀ ਆ ਹੋਰ ਵੀ ਔਰਤਾਂ ਸੀ ਜਿਨ੍ਹਾਂ ਨੂੰ ਕਿਤੇ ਮੋਟਾਪੇ ਦੀ ਪ੍ਰੋਬਲਮ ਹੈਗੀ ਹੈ ਕਿ ਬੀਪੀ ਦੀ ਪ੍ਰੋਬਲਮ ਹੈਗੀ ਹੈ ਕਿ ਥਾਇਰਾਇਡ ਦੀ ਪ੍ਰੋਬਲਮ ਮਤਲਬ ਕਾਫੀ ਚਰੀ ਬਿਮਾਰੀਆਂ ਹੈਗੀਆਂ ਤੇ ਮੈਂ ਦੇਖਿਆ ਕਿ ਮੈਂ ਠੀਕ ਹੋ ਸਕਦੀ ਤੇ ਉਹਨਾਂ ਔਰਤਾਂ ਨੂੰ ਵੀ ਠੀਕ ਕਰਾਂ ਲੋਕ ਕਹਿੰਦੇ ਸੀ ਕਿ ਇਹਨੂੰ ਕੀ ਕੰਮ ਕਰੇ ਜ਼ਰੂਰਤ ਹੈਗੀ ਹੈ ਕਿਉਂਕਿ ਲੇਡੀਜ਼ ਨੂੰ ਕੰਮ ਕਰਨਾ ਇੱਥੇ ਦੇ ਲੋਕ ਸਹੀ ਨਹੀਂ ਸਮਝਦੇ ਹੈਗੇ ਔਰ ਈਵਨ ਕਿ ਜਿਮ 'ਚ ਕੰਮ ਕਰਨਾ ਮੀਨਾਕਸ਼ੀ ਦਾ ਕੀ ਮੋਟਿਵ ਹੈ ਕਿ ਇਸ ਲਾਈਨ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ ਸਭ ਨੂੰ ਹੈਲਥ ਫਿੱਟ ਰੱਖਣਾ ਚਾਹੁੰਦੀ ਹੈ ਚਾਹੇ ਕੋਈ ਮੇਲ ਹੈ ਫੀਮੇਲ ਹੈ ਬੱਚੇ ਹੈ ਕੋਈ ਵੀ ਨਹੀਂ ਹੈ ਸਭ ਨੂੰ ਫਿੱਟ ਰੱਖਣਾ ਚਾਹੁੰਦੀ ਹੈ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਔਰਤ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਨਾ ਸਿਰਫ ਥਾਇਰਾਇਡ ਵਰਗੀ ਬਿਮਾਰੀ ਨੂੰ ਮਾਤ ਦਿੱਤੀ ਬਲਕਿ ਹੋਰਨਾਂ ਔਰਤਾਂ ਨੂੰ ਵੀ ਸਿਹਤ ਪੱਖੀ ਸਲਾਹ ਦੇ ਕੇ ਉਹਨਾਂ ਦੀ ਜ਼ਿੰਦਗੀ ਬਦਲ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ ਮੇਰੇ ਨਾਲ ਇਸ ਵਕਤ ਮੀਨਾਕਸ਼ੀ ਜੀ ਮੌਜੂਦ ਨੇ ਮੀਨਾਕਸ਼ੀ ਜੀ ਪਹਿਲਾਂ ਥੋੜ੍ਹਾ ਆਪਣੇ ਬਾਰੇ ਦੱਸੋ ਕਿਵੇਂ ਤੁਸੀਂ ਥਾਇਰਾਇਡ ਤੋਂ ਗ੍ਰਸਤ ਹੋਵੇ ਅਤੇ ਕਿਵੇਂ ਇਸ ਥਾਇਰਾਇਡ ਨੂੰ ਤੁਸੀਂ ਮਾਤ ਦਿੱਤੀ ਸਰ ਮੇਰੇ ਕੋਵਿਡ ਦੌਰਾਨ ਥਾਇਰਾਇਡ ਹੋਇਆ ਸੀ ਮੈਨੂੰ ਬੜੀ ਵੀਕਨੈਸ ਫੀਲ ਹੁੰਦੀ ਵੀ ਜਦ ਮੈਂ ਚੈੱਕ ਕਰਾਇਆ ਤਾਂ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਆਈ ਵੀ ਸਰ ਮੈਂ ਇਹਦੇ ਬਾਰੇ ਪੜ੍ਹਿਆ ਕਿ ਤੁਸੀਂ ਐਕਸਰਸਾਈਜ਼ ਕਰੋਗੇ ਤਾਂ ਤੁਹਾਡੀ ਅੱਧੀ ਪ੍ਰੋਬਲਮ ਹਟ ਜਾਏਗੀ ਵੀ ਸਰ ਮੈਂ ਹੌਲੀ ਹੌਲੀ ਐਕਸਰਸਾਈਜ਼ ਸਟਾਰਟ ਕੀਤੀ ਅਤੇ ਮੈਂ ਥਾਇਰਾਇਡ ਦਾ ਥੋੜ੍ਹਾ ਦਵਾਈ ਬੰਦ ਕਰਤੀ ਹੈਗੀ ਹੈ ਇਸ ਵਕਤ ਤੁਸੀਂ ਜਿਮ ਦੇ ਵਿੱਚ ਇੱਕ ਟ੍ਰੇਨਰ ਦੇ ਰੂਪ ਦੇ ਵਿੱਚ ਕੰਮ ਕਰੇ ਕਰਦੇ ਹੋ ਥਾਇਰਾਇਡ ਦੇ ਤੁਸੀਂ ਦੱਸਿਆ ਕਿ ਮੈਂ ਐਕਸਰਸਾਈਜ਼ ਕਰਦੀ ਸੀ ਐਕਸਰਸਾਈਜ਼ ਕਰਨ ਤੋਂ ਬਾਅਦ ਕਿਵੇਂ ਤੁਸੀਂ ਟ੍ਰੇਨਰ ਦਾ ਸਫ਼ਰ ਤੈਅ ਕੀਤਾ ਉਸ ਬਾਰੇ ਥੋੜ੍ਹਾ ਜਾਣਕਾਰੀ ਸਰ ਜਦੋਂ ਮੈਂ ਜਿਮ 'ਚ ਆਈ ਤਾਂ ਮੇਰੀ ਵਰਗੀ ਆ ਹੋਰ ਵੀ ਔਰਤਾਂ ਸੀ ਜਿਨ੍ਹਾਂ ਨੂੰ ਕਿਤੇ ਮੋਟਾਪੇ ਦੀ ਪ੍ਰੋਬਲਮ ਹੈਗੀ ਹੈ ਕਿਤੇ ਬੀਪੀ ਦੀ ਪ੍ਰੋਬਲਮ ਹੈਗੀ ਹੈ ਕਿਤੇ ਥਾਇਰਾਇਡ ਦੀ ਪ੍ਰੋਬਲਮ ਮਤਲਬ ਕਾਫੀ ਚਰੀ ਬਿਮਾਰੀਆਂ ਹੈਗੀਆਂ ਤਾਂ ਮੈਂ ਦੇਖਿਆ ਕਿ ਮੈਂ ਠੀਕ ਹੋ ਸਕਦੀ ਤਾਂ ਉਹਨਾਂ ਔਰਤਾਂ ਨੂੰ ਵੀ ਠੀਕ ਕਰਾਂ ਇੱਕ ਜੇ ਟ੍ਰੇਨਰ ਦੀ ਗੱਲ ਕਰੀਏ ਜਿਮ ਦੇ ਵਿੱਚ ਤੁਸੀਂ ਆਉਂਦੇ ਹੋ ਘਰ ਪਰਿਵਾਰ ਵੀ ਦੇਖਦੇ ਹੋ ਕੀ ਦਿਨਚਰਿਆ ਰਹਿੰਦੀ ਹੈ ਇੱਕ ਟ੍ਰੇਨਰ ਦੀ ਸਰ ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਕਿਉਂਕਿ ਮੈਂ ਇੱਕ ਹਾਊਸ ਵਾਈਫ ਹੈ ਮੇਰੇ ਬੱਚੇ ਵੀ ਹੈਗੇ ਸਰ ਉਹਨਾਂ ਸਕੂਲ ਭੇਜਣਾ ਫਿਰ ਘਰ ਦੀ ਫੈਮਿਲੀ ਨੂੰ ਵੇਖਣਾ ਉਸ ਦੇ ਬਾਅਦ ਫਿਰ ਜਿਮ ਸਰ ਜਿਮ ਆਉਣਾ ਅਸੀਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਜਿਹੜੀ ਫੀਮੇਲ ਟ੍ਰੇਨਰ ਹੈਗਾ ਕਿਉਂਕਿ ਛੋਟਾ ਸ਼ਹਿਰ ਹੈ ਆਪਣਾ ਸਮਾਜ ਦੇ ਵਿੱਚ ਕਈ ਲੋਕ ਗੱਲਾਂ ਵੀ ਕਰਦੇ ਨੇ ਕਿ ਫੀਮੇਲ ਟ੍ਰੇਨਰ ਹੋਣੀ ਚਾਹੀਦੀ ਹੈ ਜਾਂ ਨਹੀਂ ਤੁਹਾਡੇ ਪਰਿਵਾਰ ਦਾ ਤੁਹਾਨੂੰ ਸਹਿਯੋਗ ਸੀ ਹਾਂਜੀ ਸਰ ਪੂਰਾ ਸਹਿਯੋਗ ਸੀ ਸਰ ਕੋਈ ਵਿਰੋਧ ਕਿਸੇ ਵਿਰੋਧ ਵੀ ਕਈ ਵਾਰ ਲੋਕ ਬਹੁਤ ਕਰਦੇ ਕਿਸੇ ਨੇ ਵਿਰੋਧ ਕੀਤਾ ਇਸ ਚੀਜ਼ ਦਾ ਹਾਂ ਸਰ ਸ਼ੁਰੂ ਸ਼ੁਰੂ 'ਚ ਹੋਇਆ ਸੀ ਲੋਕ ਕਹਿੰਦੇ ਸੀ ਕਿ ਇਹਨੂੰ ਕੀ ਕੰਮ ਕਰੇ ਜ਼ਰੂਰਤ ਹੈਗੀ ਹੈ ਕਿਉਂਕਿ ਲੇਡੀਜ਼ ਨੂੰ ਕੰਮ ਕਰਨਾ ਇੱਥੇ ਦੇ ਲੋਕ ਸਹੀ ਨਹੀਂ ਸਮਝਦੇ ਹੈਗੇ ਔਰ ਈਵਨ ਕਿ ਜਿਮ 'ਚ ਕੰਮ ਕਰਨਾ ਕਿਉਂ ਜਿਮ ਦੇ ਵਿੱਚ ਕਿਉਂ ਲੋਕਾਂ ਦੀ ਧਾਰਨਾ ਇੱਦਾਂ ਦੀ ਵੀ ਇੱਕ ਟ੍ਰੇਨਰ ਜਿਮ ਦੇ ਵਿੱਚ ਕੰਮ ਕਰਨਾ ਕਿਉਂ ਸਹੀ ਨਹੀਂ ਸਮਝਦੇ ਸਰ ਉਹ ਪਤਾ ਪਰ ਲੇਡੀਜ਼ ਨੂੰ ਜਿਮ 'ਚ ਕੰਮ ਕਰਨਾ ਲੋਕ ਪਸੰਦ ਹੈ ਕਿਉਂਕਿ ਕਈ ਜਿਮਾਂ ਦਾ ਮਾਹੌਲ ਇੱਦਾਂ ਹੁੰਦਾ ਹੈ ਪਰ ਜਿੱਥੇ ਮੈਂ ਕੰਮ ਕਰਨੀ ਸਰ ਉਹ ਜਿਮ ਦਾ ਮਾਹੌਲ ਬਹੁਤ ਚੰਗਾ ਹੈਗਾ ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਬੜਾ ਬਦਲਾਵ ਆਇਆ ਹੋਇਆ ਅੱਜ ਕੱਲ੍ਹ ਜੇ ਅੱਜ ਕੱਲ੍ਹ ਦੀ ਗੱਲ ਕਰੀਏ ਸਮਾਜ ਦੇ ਵਿੱਚ ਜਿਮ ਦੇ ਵਿੱਚ ਵੀ ਬੜਾ ਬਦਲਾਵ ਹੈਗਾ ਪਹਿਲਾਂ ਜਿਮ ਦੇ ਵਿੱਚ ਜਾਂਦੇ ਸੀ ਐਕਸਰਸਾਈਜ਼ਾਂ ਅੱਜ ਕੱਲ੍ਹ ਬੜੀਆਂ ਸਿਹਤ ਪੱਖੀ ਠੀਕ ਕਰਨ ਵਾਸਤੇ ਬੜੀਆਂ ਚੀਜ਼ਾਂ ਆਈਆਂ ਜਿੱਦਾਂ ਡਾਂਸ ਫੋਰਮ ਵੀ ਚੱਲਦਾ ਹੈ ਜਿਮ ਦੇ ਵਿੱਚ ਜ਼ੁੰਬਾ ਕਲਾਸਿਸ ਜਾਂ ਕੋਈ ਹੋਰ ਹੁੰਦਾ ਕੀ ਹੁੰਦਾ ਫੋਰਮ ਥੋੜ੍ਹਾ ਇਸ ਬਾਰੇ ਵੀ ਦੱਸ ਸਰ ਜਿੱਦਾਂ ਐਰੋਬਿਕਸ ਜ਼ੁੰਬਾ ਭੰਗੜਾ ਕਾਰਡੀਓ ਸੈਕਸ਼ਨ ਔਰ ਵੇਟ ਟ੍ਰੇਨਿੰਗ ਇਹ ਆਪਾਂ ਲੇਡੀਆਂ ਨੂੰ ਕਰਵਾਉਂਦੇ ਹੈਗੇ ਹਾਂ ਔਰ ਸਰ ਇੱਕ ਐਕਸਰਸਾਈਜ਼ ਕਰਦੇ ਬੰਦੇ ਲੇਡੀਜ਼ ਦਾ ਦਿਮਾਗ ਇੱਕ ਸ਼ਾਂਤ ਮਤਲਬ ਇੱਕ ਟਾਈਮ ਕੱਢਣਾ ਚਾਹੀਦਾ ਆਪਣੇ ਲਈ ਘੰਟਾ ਇੱਕ ਲੇਡੀਜ਼ ਨੂੰ ਜੋ ਲੇਡੀਜ਼ ਕੰਮ ਕਰਦੀਆਂ ਹੈਗੀਆਂ ਸਰ ਉਹ ਸਾਰਾ ਦਿਨ ਘਰ ਦੇ ਕੰਮ ਤੋਂ ਡਿਪਰੈਸ਼ਨ ਦੀ ਮਰੀਜ਼ ਹੋ ਜਾਂਦੀ ਹੈ ਕਿਉਂਕਿ ਹਰ ਘਰ ਦੇ ਕੋਈ ਪ੍ਰੋਬਲਮ ਹੁੰਦੀ ਹੈਗੀ ਆ ਪਰ ਆਪਣੇ ਲਈ ਇੱਕ ਘੰਟਾ ਟਾਈਮ ਕੱਢਣਾ ਚਾਹੀਦਾ ਲੇਡੀਜ਼ ਨੂੰ ਪਹਿਲਾਂ ਬੜਾ ਆਮ ਲੋਕ ਜਿਹੜੇ ਖੇਡਾਂ ਖੇਡਦੇ ਸੀ ਨਿਆਣੇ ਗਰਾਊਂਡਾਂ ਹੁੰਦੀਆਂ ਸੀ ਅੱਜ ਕੱਲ੍ਹ ਗਰਾਊਂਡਾਂ ਖਤਮ ਹੋ ਗਈਆਂ ਕੀ ਲੱਗਦਾ ਜਿਮ ਕਿੰਨਾ ਜ਼ਰੂਰੀ ਹੈ ਆਮ ਵਿਅਕਤੀ ਦੇ ਲਈ ਸਰ ਜਿਮ ਬਹੁਤ ਜ਼ਰੂਰੀ ਹੈਗੀ ਅੱਜ ਕੱਲ੍ਹ ਦੇ ਬੱਚੇ ਵੀ ਵੱਡੇ ਵੀ ਦੇਖੋ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਆ ਉਹ ਫੋਨ 'ਤੇ ਲੱਗਣ ਕਾਰਨ ਕਈ ਬਿਮਾਰੀ ਹੁੰਦੀਆਂ ਛੋਟੇ ਬੱਚਿਆਂ ਨੂੰ ਮਤਲਬ ਕਈ ਪ੍ਰੋਬਲਮ ਸਟਾਰਟ ਹੁੰਦੀ ਬੱਚਿਆਂ ਨੂੰ ਜਿੱਦਾਂ ਵੱਡੇ ਨੂੰ ਵੀ ਬੈਕ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਸਾਨੂੰ ਆਪਾਂ ਨੂੰ ਇੱਕ ਘੰਟਾ ਆਪਣੇ ਲਈ ਟਾਈਮ ਕੱਢਣਾ ਚਾਹੀਦਾ ਚਾਹੇ ਛੋਟੇ ਹੋ ਵੱਡੇ ਹੋ ਚਾਹੇ ਜ਼ਿਆਦਾ ਬਜ਼ੁਰਗ ਵਾਲੇ ਵੀ ਹੈ ਉਹਨਾਂ ਇੱਕ ਟਾਈਮ ਇੱਕ ਘੰਟਾ ਆਪਣੇ ਐਕਚੁਅਲੀ ਕੱਢਣਾ ਚਾਹੀਦਾ ਮੋਟਿਵ ਕੀ ਹੈ ਮੀਨਾਕਸ਼ੀ ਦਾ ਕੀ ਮੋਟਿਵ ਹੈ ਕਿ ਇਸ ਲਾਈਨ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ ਸਰ ਮੈਂ ਕੀ ਕਹਿੰਦਾ ਸਭ ਨੂੰ ਹੈਲਥ ਫਿੱਟ ਰੱਖਣਾ ਚਾਹੁੰਦੀ ਹੈ ਚਾਹੇ ਕੋਈ ਮੇਲ ਹੈ ਫੀਮੇਲ ਹੈ ਬੱਚੇ ਹੈ ਕੋਈ ਵੀ ਨਹੀਂ ਹੈ ਸਭ ਨੂੰ ਫਿੱਟ ਰੱਖਣਾ ਚਾਹੁੰਦੀ ਹੈ ਕਦੇ ਹੋਇਆ ਨਹੀਂ ਮਹਿਸੂਸ ਕਿ ਜਦੋਂ ਜਿਮ ਆਉਂਦੇ ਹੋ ਅਸੀਂ ਦੇਖਦੇ ਹਾਂ ਤਾਦਾਦ ਮੇਲ ਪਰਸਨ ਜ਼ਿਆਦਾ ਤਾਦਾਦ ਰਹਿੰਦੀ ਹੈ ਅਤੇ ਉਸ ਚੀਜ਼ ਦਾ ਅਸੀਂ ਦੇਖਿਆ ਜਿਮ ਦੇ ਵਿੱਚ ਆ ਕੇ ਜਿਹੜਾ ਮੇਲ ਪਰਸਨ ਆ ਉਹਨਾਂ ਨੂੰ ਵੀ ਤੁਸੀਂ ਐਕਸਰਸਾਈਜ਼ ਹੁਣ ਲਗਵਾ ਰਹੇ ਹੋ ਉਹ ਆ ਕੇ ਤੁਹਾਡੇ ਕੋਲ ਪੁੱਛ ਕੇ ਐਕਸਰਸਾਈਜ਼ ਲੈਂਦੇ ਪਏ ਤਾਂ ਉਸ ਵੇਲੇ ਕਿਵੇਂ ਦਾ ਮਹਿਸੂਸ ਹੁੰਦਾ ਸਰ ਬਹੁਤ ਵਧੀਆ ਲੱਗਦਾ ਹੈਗਾ ਬਹੁਤ ਚੰਗਾ ਲੱਗਦਾ ਹੈਗਾ
तो कुछ कहना चाहते हो कुछ होरना औरतों को, क्योंकि अज भी लोग घर बैठी औरतें अज भी फीमेल्स है जिम आने से थोड़ा गुरेज कर दिया, उन्होंने कुछ कहना चाहते हो? सर कहना चाहते कि जरूर आओ जिम च, जिम अपनी सोच चंगी हैगी है तो कोई कुछ कहता नहीं है, अपने लिए बाकी एक घंटा अपने टाइम जरूर कटे। और इस मीनाक्षी जी जिन्होंने दसिया कि साड़ी लाइफ के जी एक्सरसाइज की अहमियत हैगी, उन्हें कहा कि घट्टो घट्ट एक घंटा हर व्यक्ति अपनी सेहत के लिए कटना चाहिए। पठानकोट तो जति शर्मा न्यूज़ 18 पंजाब।